ਕੋਈ ਗੱਲ ਨਹੀਂ ਸਾਰੀ ਆ ਜਾਓ ਬਹੁਤ ਮੇਰੇ ਨਾਮ ਪਾਉਣ ਕੋ ਸਾਗੀ ਸੀ ਇੱਕ ਮਿੰਟ ਸਾਗੀ ਦੀ ਹੋਰ ਇੱਕ ਪੂਤਾ ਦੀ ਚੱਕੀ ਆ ਦਾ ਇੱਕ ਮਿੰਟ ਹੋਰ ਇੱਕ ਬੱਬੂ ਸੀ ਹੋਰ ਜੀ ਇੱਕ ਸਾਗੀ ਆ ਸੀ ਹੋਰ ਇੱਕ ਰਿੰਕੂ ਮਰਾਸੀ ਸੀ ਹੋਰ ਸਮੀਰ ਸੀ ਉਹਦਾ ਮੁੰਡਾ ਹੀ ਕਿਹਦਾ ਮੁੰਡਾ ਸਾਗੀ ਦਾ ਹੀ ਨਹੀਂ ਅੱਛਾ ਸਾਗੀ ਦਾ ਮੁੰਡਾ ਸਾਗੀ ਦਾ ਮੁੰਡਾ ਭੂਤਾ ਸੀ ਭੂਤਾ ਮੁੰਡਾ ਕਿਹਦਾ ਇਹ ਉਹਦਾ ਚੱਕੀ ਵਾਲੇ ਦਾ ਹੋਰ ਕੌਣ ਸੀ ਬੱਬੂ ਸੀ ਰਾਤ ਨੂੰ ਤਾਰਾਂ ਦੀ ਰਿਪੇਅਰਿੰਗ ਕਰਕੇ ਜਾ ਰਹੇ BSNL ਦੇ ਕਰਮਚਾਰੀਆਂ ਦੇ ਨਾਲ ਰਾਤ 'ਚ ਲੁੱਟ ਦੀ ਨੀਅਤ ਨਾਲ ਹਮਲਾ ਕੀਤਾ ਗਿਆ ਜਿਸ ਦੇ ਵਿੱਚ 3 ਕਰਮਚਾਰੀ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੋਏ ਨੇ ਅਤੇ ਇਹਨਾਂ ਕਰਮਚਾਰੀਆਂ ਦੇ ਵੱਲੋਂ 1 ਲੁਟੇਰੇ ਨੂੰ ਕਾਬੂ ਵੀ ਕੀਤਾ ਗਿਆ ਤਾਂ ਦੱਸ ਦਈਏ ਕਿ ਉਸ ਲੁਟੇਰੇ ਦੇ ਵੱਲੋਂ ਸਾਰੇ ਭੇਤ ਖੋਲ੍ਹੇ ਜਾ ਰਹੇ ਨੇ ਕਿ ਆਖਰ ਕੌਣ ਕੌਣ ਉਸਦੇ ਨਾਲ ਆਇਆ ਸੀ ਤਾਂ ਖਬਰ ਖੰਨਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ BSNL ਦੇ ਮੁਲਾਜ਼ਮਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਰਾਤ ਦਾ ਸਮਾਂ ਸੀ ਜਦੋਂ ਤਾਰਾਂ ਦੀ ਰਿਪੇਅਰਿੰਗ ਕਰਕੇ ਇਹ ਮੁਲਾਜ਼ਮ ਘਰ ਵਾਪਸ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ 3 ਬਾਈਕਾਂ 'ਤੇ ਆਏ 6 ਲੁਟੇਰਿਆਂ ਨੇ ਇਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਇਹਨਾਂ ਦਾ ਫੋਨ ਖੋਲ੍ਹਿਆ ਹਾਲਾਂਕਿ ਇਹਨਾਂ ਜੋ ਕਰਮਚਾਰੀ ਸੀ ਉਹਨਾਂ ਦੇ ਵਿੱਚੋਂ ਇੱਕ ਜਾ ਕੇ ਭੱਜ ਕੇ ਜੋ ਆਪਣੇ ਸੀਨੀਅਰ ਅਧਿਕਾਰੀ ਨੇ ਉਹਨਾਂ ਨੂੰ ਜਾ ਕੇ ਇਸ ਘਟਨਾ ਦੇ ਬਾਰੇ ਸੂਚਨਾ ਦਿੰਦਾ ਅਤੇ ਫਿਰ ਮੌਕੇ ਦੇ ਉੱਤੇ ਪਹੁੰਚ ਕੇ ਉਹਨਾਂ ਦੇ ਵਿੱਚੋਂ 1 ਲੁਟੇਰੇ ਨੂੰ ਕਾਬੂ ਕਰ ਲਿਆ ਜਾਂਦਾ ਅਤੇ ਬਾਕੀ ਦੇ ਉੱਥੋਂ ਭੱਜਣ 'ਚ ਕਾਮਯਾਬ ਹੋ ਜਾਂਦੇ ਨੇ ਅਤੇ ਜੋ ਜ਼ਖਮੀ ਕਰਮਚਾਰੀ ਨੇ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਦੱਸ ਦਈਏ ਕਿ ਮਾਮਲਾ ਖੰਨਾ ਤੋਂ ਸਾਹਮਣੇ ਆਇਆ ਜਿੱਥੇ ਕਿ ਅੱਧੀ ਰਾਤ ਨੂੰ ਜੋ ਤਾਰਾਂ ਦੀ ਰਿਪੇਅਰਿੰਗ ਕਰਕੇ ਜਾ ਰਹੇ ਸੀ BSNL ਦੇ ਕਰਮਚਾਰੀ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਲੁੱਟ ਦੀ ਨੀਅਤ ਦੇ ਨਾਲ ਉਹਨਾਂ ਦੇ ਉੱਤੇ ਹਮਲਾ ਕੀਤਾ ਗਿਆ ਮੈਂ ਜੀ ਆਪਣੀ ਲੇਬਰ ਕੰਮ ਕਰਦੀ ਸੀ BSNL ਦਾ ਫਾਲਟ ਆਇਆ ਸਾਡਾ ਫਾਲਟ ਦਾ ਕੰਮ ਚੱਲ ਰਿਹਾ ਸੀਗਾ ਫਾਲਟ ਦੇ ਅਕੋਰਡਿੰਗ ਮੁੰਡੇ ਕੇਬਲ ਪੁਲਿੰਗ ਕਰਕੇ ਵਾਪਸੀ ਆ ਰਹੇ ਸੀਗੇ ਇਹਦੇ 'ਚ 4-5 ਮੁੰਡੇ ਬਗੀਦਾ ਨਸ਼ੇ 'ਚ ਬਿਨੀ ਪੂਰੇ ਸ਼ਰਾਬ ਨਾਲ ਡੱਕੇ ਹੋਏ ਸੀ ਉਹ ਆ ਕੇ ਮੁੰਡੇ ਨੂੰ ਘੇਰ ਲਿਆ ਗਏ ਮੁੰਡੇ ਨੂੰ ਕਹਿੰਦੇ ਤੁਸੀਂ ਸਾਡਾ ਫੋਨ ਖੋਇਆ ਮੁੰਡੇ ਨੂੰ ਕੋਈ ਫੜ ਕੇ ਮੁੰਡੇ ਨੂੰ ਕੁੱਟਮਾਰ ਕਰਨ ਪਾ ਗਏ ਇਹਨੇ 'ਚ ਇੱਕ ਮੁੰਡਾ ਭਾਜੀ ਸਾਡੇ ਕੋਲ ਆਇਆ ਕਹਿੰਦਾ ਭਾਜੀ ਆਪਣੇ ਮੁੰਡੇ ਨੂੰ ਬੰਦੇ ਕੁੱਟ ਰਹੇ ਆ ਅਸੀਂ ਜੋ ਜਾ ਕੇ ਉੱਥੇ ਉਹਨਾਂ ਫੜਿਆ ਉਹਨਾਂ ਨੂੰ ਉਹਨਾਂ ਨੇ ਮੁੰਡੇ ਦਾ ਮੋਬਾਈਲ ਖੋਲ੍ਹਿਆ ਨਾਲੇ ਆਪਣੀ ਗੱਡੀ 'ਚ ਚਾਬੀ ਸੀ ਉਹ ਕੱਢ ਲਈ ਵਿੱਚੋਂ ਦਿਓ ਉਸ ਤੋਂ ਬਾਅਦ ਮੰਗਦਾ ਅਸੀਂ ਆਪਣੇ ਜੇਈ ਸਾਹਿਬ ਨੂੰ ਫੋਨ ਕੀਤਾ ਸਾਡਾ ਅਧਿਕਾਰੀ ਉੱਥੇ ਆਇਆ ਅਸੀਂ ਉਹ ਬੰਦੇ ਨੂੰ ਇਹਨੂੰ ਤੋਂ ਯਾਨੀ ਕਿ 3 ਬੰਦੇ ਭੱਜ ਗਏ ਨੇ 1 ਬੰਦਾ ਦੀ ਮੌਕੇ 'ਤੇ ਕਾਬੂ ਕਰ ਲਿਆ ਮੌਕੇ 'ਤੇ ਬੰਦਾ ਕਾਬੂ ਕਰਕੇ ਅਸੀਂ ਥਾਣੇ ਹਸਪਤਾਲ 'ਚ ਦਿੱਤਾ ਜੀ ਹਥਿਆਰ ਵਗੈਰਾ ਸੀ ਡੰਡੇ ਵਗੈਰਾ ਸੀ 10 ਸੀ ਉਹਨਾਂ ਕੋਲ ਜੀ ਹਾਂਜੀ ਤੁਸੀਂ ਕਿੰਨੇ ਜਾਣੇ ਸੀ ਇਹ ਮੁੰਡੇ 3 ਸੀਗੇ ਯਾਨੀ ਕਿ ਪਿੱਛੇ ਕੰਮ ਤਾਂ ਕਾਫੀ ਲੇਬਰ ਕਰਦੇ ਸੀਗੇ ਬਟ ਇਹ ਵਿਚਾਰੇ 3 ਜਾਣੇ ਸੀ ਜਿਹੜੇ ਕੇਬਲ ਪੁੱਲ ਕਰਕੇ ਵਾਪਸੀ ਆ ਰਹੇ ਸੀਗੇ ਸਾਡੇ ਬੰਨੀ ਆ ਰਹੇ ਸੀ ਇੱਧਰ ਉਹ ਕਿੰਨੇ ਕੁ ਬੰਦੇ ਸੀ ਉਹ ਘੱਟੋ ਘੱਟ 5 ਜਾਣੇ ਸੀਗੇ ਜੀ 3 ਮੋਟਰਸਾਈਕਲ ਉਹਨਾਂ ਕੋਲ 5-6 ਜਾਣੇ ਸੀਗੇ ਜੀ ਕਿੰਨੇ ਕੁ ਬੰਦੇ ਨੇ ਸੱਟਾਂ ਲੱਗੀਆਂ ਤੁਹਾਡੇ ਸਾਡੇ 3 ਬੰਦੇ ਸੱਟਾਂ ਲੱਗੀਆਂ ਨੇ BSNL ਦਾ ਕੰਮ ਕਰਦੇ ਹਾਂਜੀ BSNL ਦਾ ਕੰਮ ਕਰ ਰਹੇ ਸੀ ਹਾਂਜੀ ਇੱਕ ਬੰਦਾ ਰਸ਼ ਕਰ ਲਿਆ ਜੀ ਕੋਈ ਗੱਲ ਨਹੀਂ ਸਾਰੀ ਆ ਜਾਓ ਬਹੁਤ ਮੇਰੇ ਨਾਮ ਪਾਉਣ ਕੋ ਸਾਗੀ ਸੀ ਇੱਕ ਮਿੰਟ ਸਾਗੀ ਦੀ ਹੋਰ ਇੱਕ ਪੂਤਾ ਦੀ ਚੱਕੀ ਆ ਦਾ ਇੱਕ ਮਿੰਟ ਹੋਰ ਕੋ ਇੱਕ ਬੱਬੂ ਸੀ ਹੋਰ ਜੀ ਇੱਕ ਸਾਗੀ ਆ ਸੀ ਹੋਰ ਇੱਕ ਰਿੰਕੂ ਮਰਾਸੀ ਸੀ ਹੋਰ ਹੋਰ ਬਸ ਕਿਹੜੇ ਪਿੰਡ ਕਿੰਨੇ ਜਾਣੇ ਸੀ ਤੁਸੀਂ ਇੱਕ ਮਿੰਟ ਕਿੰਨੇ ਜਾਣੇ ਸੀ 4 ਬੰਦੇ ਸੀ ਕਰਨ ਕੀ ਆਈ ਤੇ ਇੱਕ ਮਿੰਟ ਦੁਬਾਰਾ ਕਹਿੰਦਾ ਮੋਟਰਸਾਈਕਲ ਹੋ ਗਿਆ ਕਹਿੰਦਾ ਹਾਂ ਕਰਨ ਕੀ ਆਈ ਕਹਿੰਦਾ ਮੋਟਰਸਾਈਕਲ ਹੋ ਗਿਆ ਅਗਲੇ ਵਾਲਾ ਓਕੇ ਉਹ ਦੁਬਾਰਾ ਨਾ ਬੋਲੋ ਉਹਨਾਂ ਦੇ ਕਿਹੜੇ ਸਾਗੀ ਸੀ ਸਾਗੀ ਯਾਰ ਚੁੱਪ ਸਮੀਰ ਸੀ ਉਹਦਾ ਭਾਈ ਮੁੰਡਾ ਹੀ ਕਿਹਦਾ ਮੁੰਡਾ ਉਹ ਸਾਗੀ ਦਾ ਹੀ ਨਹੀਂ ਅੱਛਾ ਸਾਗੀ ਦਾ ਮੁੰਡਾ ਹਾਂ ਸਾਗੀ ਦਾ ਮੁੰਡਾ ਪੂਤਾ ਸੀ ਪੂਤਾ ਮੁੰਡਾ ਕਿਹਦਾ ਇਹ ਉਹਦਾ ਚੱਕੀ ਵਾਲੇ ਦਾ ਹੋਰ ਕੌਣ ਸੀ ਬੱਬੂ ਸੀ ਰਾਤ ਨੂੰ ਤਾਰਾਂ ਦੀ ਰਿਪੇਅਰਿੰਗ ਕਰਕੇ ਜਾ ਰਹੇ BSNL ਦੇ ਕਰਮਚਾਰੀਆਂ ਦੇ ਨਾਲ ਰਾਤ 'ਚ ਲੁੱਟ ਦੀ ਨੀਅਤ ਨਾਲ ਹਮਲਾ ਕੀਤਾ ਗਿਆ
ਜਿਸ ਦੇ ਵਿੱਚ 3 ਕਰਮਚਾਰੀ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੋਏ ਨੇ ਅਤੇ ਇਹਨਾਂ ਕਰਮਚਾਰੀਆਂ ਦੇ ਵੱਲੋਂ ਇੱਕ ਲੁਟੇਰੇ ਨੂੰ ਕਾਬੂ ਵੀ ਕੀਤਾ ਗਿਆ ਹੈ। ਤਾਂ ਦੱਸ ਦਈਏ ਕਿ ਉਸ ਲੁਟੇਰੇ ਦੇ ਵੱਲੋਂ ਸਾਰੇ ਭੇਤ ਖੋਲ੍ਹੇ ਜਾ ਰਹੇ ਨੇ ਕਿ ਆਖਰ ਕੌਣ ਕੌਣ ਉਸਦੇ ਨਾਲ ਆਇਆ ਸੀ। ਤਾਂ ਖਬਰ ਖੰਨਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ BSNL ਦੇ ਮੁਲਾਜ਼ਮਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਰਾਤ ਦਾ ਸਮਾਂ ਸੀ ਜਦੋਂ ਤਾਰਾਂ ਦੀ ਰਿਪੇਅਰਿੰਗ ਕਰਕੇ ਇਹ ਮੁਲਾਜ਼ਮ ਘਰ ਵਾਪਸ ਜਾ ਰਹੇ ਸੀ, ਤਾਂ ਰਸਤੇ ਦੇ ਵਿੱਚ 3 ਬਾਈਕਾਂ 'ਤੇ ਆਏ 6 ਲੁਟੇਰਿਆਂ ਨੇ ਇਹਨਾਂ ਦੇ ਉੱਤੇ ਹਮਲਾ ਕਰ ਦਿੱਤਾ, ਇਹਨਾਂ ਦਾ ਫੋਨ ਖੋਲ੍ਹਿਆ। ਹਾਲਾਂਕਿ ਇਹਨਾਂ ਜੋ ਕਰਮਚਾਰੀ ਸੀ ਉਹਨਾਂ ਦੇ ਵਿੱਚੋਂ ਇੱਕ ਜਾ ਕੇ ਭੱਜ ਕੇ ਜੋ ਆਪਣੇ ਸੀਨੀਅਰ ਅਧਿਕਾਰੀ ਨੇ ਉਹਨਾਂ ਨੂੰ ਜਾ ਕੇ ਇਸ ਘਟਨਾ ਦੇ ਬਾਰੇ ਸੂਚਨਾ ਦਿੰਦਾ ਅਤੇ ਫਿਰ ਮੌਕੇ ਦੇ ਉੱਤੇ ਪਹੁੰਚ ਕੇ ਉਹਨਾਂ ਦੇ ਵਿੱਚੋਂ ਇੱਕ ਲੁਟੇਰੇ ਨੂੰ ਕਾਬੂ ਕਰ ਲਿਆ ਜਾਂਦਾ ਅਤੇ ਬਾਕੀ ਦੇ ਉੱਥੋਂ ਭੱਜਣ 'ਚ ਕਾਮਯਾਬ ਹੋ ਜਾਂਦੇ ਨੇ ਅਤੇ ਜੋ ਜ਼ਖਮੀ ਕਰਮਚਾਰੀ ਨੇ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਦੱਸ ਦਈਏ ਕਿ ਮਾਮਲਾ ਖੰਨਾ ਤੋਂ ਸਾਹਮਣੇ ਆਇਆ ਜਿੱਥੇ ਕਿ ਅੱਧੀ ਰਾਤ ਨੂੰ ਜੋ ਤਾਰਾਂ ਦੀ ਰਿਪੇਅਰਿੰਗ ਕਰਕੇ ਜਾ ਰਹੇ ਸੀ BSNL ਦੇ ਕਰਮਚਾਰੀ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ, ਲੁੱਟ ਦੀ ਨੀਅਤ ਦੇ ਨਾਲ ਉਹਨਾਂ ਦੇ ਉੱਤੇ ਹਮਲਾ ਕੀਤਾ ਗਿਆ। ਮੈਂ ਜੀ ਆਪਣੀ ਲੇਬਰ ਕੰਮ ਕਰਦੀ ਸੀ, BSNL ਦਾ ਫਾਲਟ ਆ ਗਿਆ, ਫਾਲਟ ਦਾ ਕੰਮ ਚੱਲ ਰਿਹਾ ਸੀਗਾ। ਫਾਲਟ ਦੇ ਅਕੋਰਡਿੰਗ ਮੁੰਡੇ ਕੇਬਲ ਪੁਲਿੰਗ ਕਰਕੇ ਵਾਪਸੀ ਆ ਰਹੇ ਸੀਗੇ। ਇਹਨਾਂ 'ਚ 4-5 ਮੁੰਡੇ ਬਗੀਦਾ ਨਸ਼ੇ 'ਚ ਮਿੰਨੀ ਪੂਰੇ ਸ਼ਰਾਬ ਨਾਲ ਡੱਕੇ ਹੋਏ ਸੀ। ਉਹ ਆ ਕੇ ਮੁੰਡੇ ਨੂੰ ਘੇਰ ਲਿਆ, ਗਏ ਮੁੰਡੇ ਨੂੰ ਕਹਿੰਦੇ ਤੁਸੀਂ ਸਾਡਾ ਫੋਨ ਖੋਇਆ, ਮੁੰਡੇ ਨੂੰ ਕੋਈ ਫੜ ਕੇ ਮੁੰਡੇ ਨੂੰ ਕੁੱਟਮਾਰ ਕਰਨ ਪਾ ਗਏ। ਇਹਨਾਂ 'ਚ ਇੱਕ ਮੁੰਡਾ ਭਾਅ ਜੀ ਸਾਡੇ ਕੋਲ ਆਇਆ, ਕਹਿੰਦਾ ਭਾਅ ਜੀ ਆਪਣੇ ਮੁੰਡੇ ਨੂੰ ਬੰਦੇ ਕੁੱਟ ਰਹੇ ਆ। ਅਸੀਂ ਜਦੋਂ ਜਾ ਕੇ ਉੱਥੇ ਉਹਨਾਂ ਫੜਿਆ ਉਹਨਾਂ ਨੂੰ, ਉਹਨਾਂ ਨੇ ਮੁੰਡੇ ਦਾ ਮੋਬਾਈਲ ਖੋਲ੍ਹਿਆ, ਨਾਲੇ ਆਪਣੀ ਗੱਡੀ ਚਾਬੀ ਸੀ ਉਹ ਕੱਢ ਲਈ ਵਿੱਚੋਂ ਦਿਓ। ਉਸ ਤੋਂ ਬਾਅਦ ਮੁੰਗਦਾ ਅਸੀਂ ਆਪਣੇ ਜੇਈ ਸਾਹਿਬ ਨੂੰ ਫੋਨ ਕੀਤਾ, ਸਾਡਾ ਅਧਿਕਾਰੀ ਉੱਥੇ ਆਇਆ। ਅਸੀਂ ਉਹ ਬੰਦੇ ਨੂੰ ਇਹ ਤੋਂ ਯਾਨੀ ਕਿ 3 ਬੰਦੇ ਭੱਜ ਗਏ ਨੇ, ਇੱਕ ਬੰਦਾ ਦੀ ਮੌਕੇ 'ਤੇ ਕਾਬੂ ਕਰ ਲਿਆ, ਮੌਕੇ 'ਤੇ ਬੰਦਾ ਕਾਬੂ ਕਰਕੇ ਅਸੀਂ ਥਾਣੇ ਸਦਰ 'ਚ ਦਿੱਤਾ ਜੀ। ਕਿੱਦਾਂ ਹਥਿਆਰ ਵਗੈਰਾ ਸੀ, ਡੰਡੇ ਵਗੈਰਾ ਸੀ, 10 ਸੀ ਉਹਨਾਂ ਕੋਲ ਜੀ। ਹਾਂਜੀ, ਤੁਸੀਂ ਕਿੰਨੇ ਜਾਣੇ ਸੀ? ਇਹ ਮੁੰਡੇ 3 ਸੀਗੇ, ਯਾਨੀ ਕਿ ਪਿੱਛੇ ਕੰਮ ਤਾਂ ਕਾਫੀ ਲੇਬਰ ਕਰਦੇ ਸੀਗੇ, ਬਟ ਇਹ ਵਿਚਾਰੇ 3 ਜਣੇ ਸੀ ਜਿਹੜੇ ਕੇਬਲ ਪੁੱਲ ਕਰਕੇ ਵਾਪਸੀ ਆ ਰਹੇ ਸੀਗੇ, ਸਾਡੇ ਬੰਨੇ ਆ ਰਹੇ ਸੀ ਇੱਧਰ। ਉਹ ਕਿੰਨੇ ਬੰਦੇ ਸੀ? ਉਹ ਘੱਟੋ ਘੱਟ 5 ਜਣੇ ਸੀ ਜੀ, 3 ਮੋਟਰਸਾਈਕਲ ਸੀ ਉਹਨਾਂ ਕੋਲ, 5-6 ਜਣੇ ਸੀ ਜੀ। ਕਿੰਨੇ ਮੁੰਡਿਆਂ ਦੀਆਂ ਸੱਟਾਂ ਲੱਗੀਆਂ ਤੁਹਾਡੇ? 3 ਬੰਦੇ ਸੱਟਾਂ ਲੱਗੀਆਂ ਨੇ। BSNL ਦਾ ਕੰਮ ਕਰਦੇ? ਹਾਂਜੀ, BSNL ਦਾ ਕੰਮ ਕਰਦੇ ਸੀ। ਹਾਂਜੀ, ਇੱਕ ਬੰਦਾ ਰੈਸਟ ਕਰ ਲਿਆ ਜੀ।